ਫਿਲਮ ਕੋਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰ ਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ, ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋਅ। ਥੈਂਕ ਯੂ। ਐਂਡ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਇੰਨੇ ਦਿਨ ਕਿਉਂ ਐਬਸੈਂਟ ਰਹੇ ਤੇ ਕੀ ਕੀਤਾ? ਨਹੀਂ, ਮੈਂ ਤਾਂ ਸੀ ਕਿ ਵੀ ਤੁਸੀਂ ਈਮੇਲਸ ਨੂੰ ਜੰਪ ਕਰੋਗੇ ਤਾਂ ਮੈਂ ਤੁਹਾਨੂੰ ਜੰਪ ਨਹੀਂ ਕੀਤਾ। ਮੈਂ ਕਿਹਾ ਉਹਨਾਂ ਨੂੰ ਪੁੱਛੀਏ। ਦੇਖੋ, ਵੀਕਐਂਡ ਦੇ ਪ੍ਰੋਗਰਾਮਾਂ ਲਈ ਮੈਂ ਕੈਲੀਫੋਰਨੀਆ ਗਿਆ ਹੋਇਆ ਸੀ। ਸੈਚਰਡੇ ਦਾ ਐਲਸਬਰਾਂਟੇ ਸਮਾਗਮ ਸੀ ਅਤੇ ਐਤਵਾਰ ਦਾ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ ਦੇ ਵਿੱਚ ਸ਼ਹੀਦੀ ਸਮਾਗਮ ਸਟੋਕਟਨ, ਜਿਹੜਾ ਕਿ ਸਭ ਤੋਂ ਪੁਰਾਣਾ ਗੁਰੂ ਘਰ ਹੈ ਅਮਰੀਕਾ ਦਾ, ਲਗਭਗ 100 ਸਾਲ ਪਹਿਲਾਂ ਹੋਣ 'ਚ ਆਇਆ, ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟੋਕਟਨ, ਉਹਨਾਂ ਦੇ ਸਮਾਗਮ 'ਚ ਮੈਂ ਸ਼ਿਰਕਤ ਕਰਨੀ ਸੀ। ਸੈਚਰਡੇ ਸਵੇਰੇ ਹੀ ਇਹ ਖਬਰ ਮਿਲੀ, ਹਾਲਾਂਕਿ ਦੋਨੋਂ ਸਮਾਗਮਾਂ 'ਚ ਮੈਂ ਸ਼ਿਰਕਤ ਤਾਂ ਕੀਤੀ, ਪਰ ਸੈਚਰਡੇ ਇੱਕ ਮਿਸਹੈਪ ਹੋਇਆ ਉੱਥੇ ਕਿ ਇੱਕ ਗੁਰਸਿੱਖ ਵੀਰ ਗੁਲਵਿੰਦਰ ਸਿੰਘ ਪਿੰਦਾ ਕਰਕੇ, ਜਿਨ੍ਹਾਂ ਨੂੰ ਜਾਣਿਆ ਜਾਂਦਾ ਹੈ, ਉਹ ਕਾਫੀ ਐਕਟਿਵ ਨੇ ਲੋਕਲ ਸਟੋਕਟਨ ਗੁਰਦੁਆਰਾ ਕਮੇਟੀ 'ਚ ਵੀ, ਸਿੱਖ ਯੂਥ ਆਫ ਅਮੈਰੀਕਾ 'ਚ ਵੀ। ਉਹਨਾਂ ਦੇ ਘਰ ਦੇ ਵਿੱਚ ਐਂਟਰ ਕਰਕੇ ਸਵੇਰੇ 4 ਵਜੇ ਕਿਸੇ ਕਾਤਲ ਨੇ ਉਹਨਾਂ ਨੂੰ ਸ਼ੂਟ ਕਰਨ ਦਾ ਯਤਨ ਕੀਤਾ। ਉਹਨਾਂ ਦੇ ਮਾਤਾ ਜੀ ਰਸਤੇ 'ਚ ਆਏ, ਉਹਨਾਂ ਦੇ ਵੀ ਜਿਹੜੀ ਲੱਤ ਦੇ ਵਿੱਚ 3-4 ਗੋਲੀਆਂ ਮਾਰੀਆਂ ਗਈਆਂ। ਅਤੇ ਇਹ ਇਸ ਕਿਸਮ ਦਾ ਵਾਕਿਆ ਸੀ ਕਿਉਂਕਿ ਇਹਨਾਂ ਦੇ ਉੱਤੇ ਹੀ ਲਗਭਗ 2 ਮਹੀਨੇ ਪਹਿਲਾਂ ਵੀ ਬਾਹਰ, ਜਦੋਂ ਕਿ ਉਹ ਆਪਣੀ ਕਾਰ ਦੇ ਵਿੱਚ ਜਾ ਰਹੇ ਸੀ ਘਰ ਤੋਂ ਦਫ਼ਤਰ, ਅਤੇ ਉਹਨਾਂ ਦੇ ਵਿੱਚ ਕਾਰ ਵੱਜੀ ਅਤੇ ਕਾਤਲ ਨੇ ਪਹਿਲਾਂ ਗਨ ਚਲਾਉਣ ਦੀ ਕੋਸ਼ਿਸ਼ ਕੀਤੀ, ਉਹ ਗੋਲੀ ਵਿੱਚ ਅੜ ਗਈ ਅਤੇ ਫਿਰ ਉਹਨੇ ਚਾਕੂ ਦੇ ਨਾਲ ਉਹਨਾਂ ਨੂੰ ਕਾਫ਼ੀ ਗੰਭੀਰ ਜ਼ਖਮੀ ਕੀਤਾ ਸੀ, ਪਰ ਉਹ ਸਰਵਾਈਵ ਕਰ ਗਏ ਸੀ। ਹੁਣ ਦੂਸਰੀ ਘਟਨਾ ਬਾਅਦ ਵੀ ਰੱਬ ਨੇ ਉਹਨਾਂ ਦੀ ਰੱਖਿਆ ਤਾਂ ਕੀਤੀ ਹੈ, ਇੱਕ ਅੱਖ ਦੇ ਵਿੱਚੋਂ ਜ਼ਰੂਰ ਜਿਹੜਾ ਹੈ, ਉਸ ਬਾਰੇ ਅਜੇ ਡਾਕਟਰਸ ਅਸੈਸ ਕਰ ਰਹੇ ਨੇ ਕਿ ਕਿੰਨੀ ਕੁ ਵਿਜ਼ਨ ਜਾਂ ਰੋਸ਼ਨੀ ਜਿਹੜੀ ਹੈ ਉਹ ਰੀਸਟੋਰ ਹੋਏਗੀ। ਲੇਕਿਨ ਕੁੱਲ ਮਿਲਾ ਕੇ ਬੇਸ਼ੱਕ ਮਹਾਰਾਜ ਨੇ, ਉਹਨਾਂ ਦੀ ਮਾਤਾ ਜੀ ਵੀ ਸੇਫ ਨੇ, ਪਰ ਇਹ ਘਟਨਾ ਇੱਕ ਐਸੀ ਘਟਨਾ ਸੀ ਜਿਹਨੇ ਕਮਿਊਨਿਟੀ ਨੂੰ ਬੜੇ ਸ਼ੌਕ ਦੇ ਵਿੱਚ ਲਿਆਂਦਾ, ਕਿਉਂਕਿ ਇਹ ਸਾਰੀ ਐਗਰੀਕਲਚਰ ਬੈਲਟ ਹੈ ਜਿਹੜੀ ਕਿ ਇੱਥੋਂ ਸ਼ੁਰੂ ਹੋ ਕੇ ਬੇ ਏਰੀਏ ਤੋਂ ਅੱਗੇ ਆ ਕੇ ਮੈਂਟੀਕਾ ਦੇ ਵਿੱਚ ਇਹ ਘਟਨਾ ਹੋਈ। ਸੋ ਮੈਂਟੀਕਾ, ਟ੍ਰੇਸੀ, ਲੋਡਾਈ, ਸਟੋਕਟਨ, ਯੂਬਾ ਸਿਟੀ, ਫਰੈਜ਼ਨੋ, ਸੈਂਟਰਲ ਵੈਲੀ, ਸਾਰੇ ਐਲੇ ਤੱਕ, ਸੋ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਦੇਖਣ ਵੀ ਆਈਆਂ। ਪਰ ਇਹ ਇੱਕ ਐਸਾ ਮੌਕਾ ਸੀ ਕਿ ਫਿਰ ਲੋਕਲ ਉਹਨਾਂ ਸੰਵੇਦਨਸ਼ੀਲਤਾ ਨੂੰ ਦੇਖਦੇ ਹਾਂ, ਸੈਂਸਿਟੀਵਿਟੀਜ਼ ਨੂੰ ਦੇਖਦੇ ਹਾਂ, ਮੈਂ ਰੁਕਣ ਦਾ ਹੀ ਫੈਸਲਾ ਕੀਤਾ, ਕਿਉਂਕਿ ਫਿਰ ਅਗਲੇ ਦਿਨ ਅਸੀਂ ਜਿਹੜਾ ਮੈਂਟੀਕਾ ਦੇ ਡਿਟੈਕਟਿਵਸ, ਉਹਨਾਂ ਦੇ ਪੁਲਿਸ ਚੀਫ, ਸਟੋਕਟਨ ਦੇ ਪੁਲਿਸ ਚੀਫ, ਕਿਉਂਕਿ ਪਹਿਲੀ ਘਟਨਾ ਸਟੋਕਟਨ 'ਚ ਹੋਈ ਸੀ 2 ਮਹੀਨੇ ਪਹਿਲਾਂ ਵਾਲੀ, ਉਹਨਾਂ ਦੀ ਜੁਰਿਸਡਿਕਸ਼ਨ ਸੀ, ਦੂਸਰੀ ਮੈਂਟੀਕਾ ਦੀ ਸੀ। ਸੋ ਇਹਨਾਂ ਕਾਰਨਾਂ ਕਰਕੇ ਔਰ ਪਰਿਵਾਰ ਨੂੰ ਇਮੋਸ਼ਨਲ ਸਪੋਰਟ ਦੇ ਲਈ ਮੈਂ ਰੁਕਿਆ। ਅੱਜ ਹੀ ਮੈਂ ਫਲਾਈ ਕੀਤਾ ਹੈ ਔਰ ਮੈਂ JFK ਏਅਰਪੋਰਟ ਤੋਂ ਸਿੱਧਾ ਹੀ ਸਟੂਡੀਓ 'ਚ ਆ ਗਿਆ। ਜੇ ਮੇਰੀ ਐਕਸਪਲੇਨੇਸ਼ਨ ਕਾਬਲੇ ਕਬੂਲ ਹੈ, ਠੀਕ ਹੈ, ਨਹੀਂ ਤਾਂ ਫਿਰ ਅਸੀਂ ਫਾਈਨ ਭਰਨ ਨੂੰ ਤਿਆਰ ਹਾਂ। ਪਰ ਮੈਂ ਖਿਮਾ ਚਾਹੁੰਦਾ ਆਪਣੇ ਦਰਸ਼ਕਾਂ ਤੋਂ, ਕਿਉਂਕਿ ਬਹੁਤ ਸਾਰਿਆਂ ਨੇ ਫਿਕਰ ਵੀ ਸ਼ੋਅ ਕੀਤਾ ਔਰ ਉਹਨਾਂ ਨੇ ਇਸ ਪਾਰਟ ਨੂੰ ਹਮੇਸ਼ਾ ਹੀ ਉਹ ਮਹਿਸੂਸ ਕਰਦੇ ਨੇ। ਮੈਨੂੰ ਵੀ ਲੱਗਦਾ ਇੱਕ ਲਗਾਤਾਰਤਾ ਬਣੀ ਹੁੰਦੀ ਹੈ, ਇੱਕ ਰੁਟੀਨ ਵੀ ਹੈ, ਔਰ ਘਟਨਾਕ੍ਰਮ ਇਹਨਾਂ ਦਿਨਾਂ 'ਚ ਬੜੀ ਤੇਜ਼ੀ ਦੇ ਨਾਲ ਵਾਪਰੇ ਨੇ ਪਿਛਲੇ 4-5 ਦਿਨ 'ਚ। ਪਰ ਕਈ ਵਾਰ ਨਰ ਚਾਹਤ ਕੁਛ ਔਰ ਹੈ ਕੀ ਔਰ ਹੈ ਬਈ, ਕਈ ਚੀਜ਼ਾਂ ਸਾਡੇ ਆਪਣੇ ਵੱਸ 'ਚ ਨਹੀਂ ਹੁੰਦੀਆਂ, ਅਤੇ ਅਸੀਂ ਇਸ ਦੇ ਲਈ ਖਿਮਾ ਚਾਹੁੰਦੇ ਹਾਂ ਆਪਣੇ ਦਰਸ਼ਕਾਂ ਤੋਂ। ਸਾਨੂੰ ਇਸ ਘਟਨਾ ਦਾ ਬੜਾ ਅਫਸੋਸ ਹੈਗਾ। ਅਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ 12 ਸਪਟੰਬਰ 2013 28 ਪਾਦੂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ, ਅਤੇ ਹੁਣ ਅਸੀਂ ਆਪਣੀ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇਜਿਸ, ਟੈਕਸ ਮੈਸੇਜਿਸ, ਫੇਸਬੁੱਕ ਮੈਸੇਜਿਸ ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਕੈਲੀਫੋਰਨੀਆ ਤੋਂ JD ਪੰਨੂ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ, ਮੈਂ ਕੁਝ ਦਿਨਾਂ ਤੋਂ ਹੀ ਤੁਹਾਡਾ ਸ਼ੋਅ ਦੇਖਣ ਲੱਗਾ ਹਾਂ। ਤੁਹਾਡਾ ਸਿੱਖ ਧਰਮ ਦਾ ਗਿਆਨ ਅਤੇ ਸੱਚ ਬੋਲਣ ਦੀ ਹਿੰਮਤ ਕਾਬਲੇ ਤਾਰੀਫ ਹੈ। ਇਹੀ ਕਾਰਨ ਹੈ ਕਿ ਮੈਂ ਤੁਹਾਨੂੰ ਈਮੇਲ ਕਰੇ ਬਿਨਾਂ ਰਹਿ ਨਹੀਂ ਸਕਿਆ। ਮੈਂ ਆਪਣੀ ਈਮੇਲ ਉਹਨਾਂ NRI ਪੰਜਾਬੀਆਂ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਕਿ ਜਿਨ੍ਹਾਂ ਦਾ ਇੱਥੇ ਚੰਗਾ ਕਾਰੋਬਾਰ ਹੈ। ਮੈਨੂੰ ਇਹ ਗੱਲ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਇਹ ਪੰਜਾਬੀ ਸਿਰਫ ਪੈਸੇ ਦੇ ਪੁੱਤ ਹੀ ਬਣੇ ਹੋਏ ਹਨ। ਇਹ ਲੋਕ ਪੰਜਾਬ 'ਚ ਜਾ ਕੇ ਖੇਡ ਮੇਲੇ ਕਰਵਾਉਂਦੇ ਨੇ ਅਤੇ ਹੋਰ ਬੜਾ ਕੁਝ ਕਹਿੰਦੇ ਨੇ ਕਿ ਬਾਦਲ ਪੰਜਾਬ ਨੂੰ ਖਾ ਗਿਆ, ਖਾਲਿਸਤਾਨ ਬਣਾਉਣਾ ਹੀ ਬਣਾਉਣਾ ਆਦਿ ਆਦਿ। ਪਰ ਇਹ ਲੋਕ ਆਪ ਇੱਥੇ ਪੰਜਾਬੀਆਂ ਨੂੰ ਹੀ ਐਕਸਪਲੋਇਟ ਕਰਦੇ ਹਨ। ਉਹਨਾਂ ਨੇ ਘੱਟ ਪੈਸਿਆਂ 'ਤੇ ਉਹਨਾਂ ਤੋਂ ਘੱਟ ਪੈਸਿਆਂ ਤੋਂ ਕੰਮ ਕਰਵਾਉਂਦੇ ਹਨ। ਕੰਮ ਕਰਨ ਵਾਲੇ ਪੰਜਾਬੀ ਇੰਨੇ ਪੈਸੇ ਖਰਚ ਕੇ ਇੱਥੇ ਆਏ ਹੁੰਦੇ ਹਨ ਕਿ ਉਹਨਾਂ ਨੂੰ ਆਪਦਾ ਖਰਚਾ ਪੂਰਾ ਕਰਨ ਲਈ ਜਾਂ ਹੋਰ ਮਜ਼ਬੂਰੀਆਂ ਕਾਰਨ ਇਹਨਾਂ ਕੋਲ ਕੰਮ ਕਰਨਾ ਪੈਂਦਾ ਹੈ। ਕਈ ਤਾਂ ਪੰਜਾਬੀਆਂ ਨੂੰ ਕੰਮ ਵੀ ਨਹੀਂ ਦਿੰਦੇ ਅਤੇ ਪੰਜਾਬ ਜਾ ਕੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਰਹਿੰਦੇ ਹਨ। ਇੰਡੀਆ ਦੀ ਬੇਈਮਾਨੀ ਤੋਂ ਤੰਗ ਆ ਕੇ ਇੱਥੇ ਆਏ ਹਾਂ ਅਤੇ ਇੱਥੇ ਹੀ ਇਹੀ ਹਾਲ ਹੈ।
ਕਹਿੰਦੇ ਨੇ ਬਾਹਰਲੇ ਦੇਸ਼ਾਂ 'ਚ ਬੜੇ ਸਖਤ ਕਾਨੂੰਨ ਨੇ, ਇਹ ਜੋ ਇੰਨਾ ਐਕਸਪਲੋਇਟ ਕਰਦੇ ਨੇ ਇਹਨਾਂ 'ਤੇ ਕੋਈ ਕਾਨੂੰਨ ਲਾਗੂ ਕਿਉਂ ਨਹੀਂ ਹੁੰਦਾ? ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ਤਾਂ ਕਿ ਜਿਹੜੇ ਇਹ ਲੋਕ ਇਹੋ ਜਿਹੇ ਪੰਜਾਬੀਆਂ ਕੋਲ ਫਸੇ ਹੋਏ ਨੇ ਉਹਨਾਂ ਨੂੰ ਇਸ ਤਰ੍ਹਾਂ ਐਕਸਪਲੋਇਟ ਨਾ ਹੋਣਾ ਪਵੇ, ਅਤੇ ਇਹੋ ਜਿਹੇ ਪੰਜਾਬੀਆਂ ਪੰਜਾਬੀ ਜੋ ਪੰਜਾਬੀਆਂ ਨੂੰ ਐਕਸਪਲੋਇਟ ਕਰਦੇ ਨੇ ਉਹਨਾਂ ਨੂੰ ਕੋਈ ਸ਼ਰਮ ਮਹਿਸੂਸ ਹੋਵੇ। ਮੇਰਾ ਮਤਲਬ ਸਾਰੇ ਪੰਜਾਬੀਆਂ ਤੋਂ ਨਹੀਂ ਹੈ, ਜਿਹੜੇ ਲੋਕ ਕਮਿਊਨਿਟੀ ਬਾਰੇ ਸੋਚਦੇ ਨੇ ਮਦਦ ਕਰਦੇ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਜਦੋਂ ਇਹੋ ਜਿਹੇ ਬੇਈਮਾਨੀ ਬੇਈਮਾਨ ਸਿੱਖ ਮੌਜੂਦ ਨੇ ਤਾਂ ਸਿੱਖ ਕੌਮ ਦਾ ਕਿੱਥੋਂ ਭਲਾ ਹੋਣਾ ਹੈ? ਜਾਂ ਤਾਂ ਇਹੋ ਜਿਹੇ ਸਿੱਖ ਲੋਕਾਂ ਨੂੰ ਐਕਸਪਲੋਇਟ ਕਰਨ ਨੂੰ ਹਟ ਜਾਣ ਜਾਂ ਵੱਡੀਆਂ ਵੱਡੀਆਂ ਗੱਲਾਂ ਕਰਨ ਨੂੰ ਹਟ ਜਾਣ। ਇਹਨਾਂ ਨੂੰ ਪੈਸੇ ਅਤੇ ਨਾਮ ਨਾਲ ਮਤਲਬ ਹੈ, ਪੈਸੇ ਇੱਥੇ ਕਮਾ ਲੈਂਦੇ ਨੇ ਅਤੇ ਨਾਮ ਬਣਾਉਣ ਲਈ ਇੰਡੀਆ ਜਾ ਕੇ ਖੇਡ ਮੇਲੇ ਅਤੇ ਅਖਾੜੇ ਲਵਾ ਦਿੰਦੇ ਨੇ। ਮੈਨੂੰ ਬੜੀ ਸ਼ਰਮ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੀ ਕੌਮ ਇਹਨਾਂ ਬੇਈਮਾਨ ਅਤੇ ਗਿਰੇ ਹੋਏ ਸਿੱਖਾਂ ਨਾਲ ਭਰੀ ਪਈ ਹੈ। ਇਹ ਭਾਵੇਂ ਕੁਰਸੀ ਦੇ ਲਾਲਚੀ ਬੇਅੰਤਾ ਜਾਂ ਬਾਦਲ ਹੋਵੇ, ਸਿੱਖਾਂ ਦੇ ਕਾਤਲ ਕੇ ਪੀ ਗਿੱਲ ਅਤੇ ਜਨਰਲ ਬਰਾੜ ਵਰਗੇ ਹੋਣ ਜਾਂ ਪੈਸੇ ਦੇ ਪੁੱਤ ਇਹੋ ਜਿਹੇ NRI ਸਿੱਖ ਹੋਣ, ਮੈਨੂੰ ਤਾਂ ਇਹਨਾਂ ਵਿੱਚ ਕੋਈ ਫਰਕ ਨਹੀਂ ਲੱਗਦਾ। ਸਾਰਿਆਂ ਲਈ ਪੈਸਾ ਮੁੱਖ ਹੈ, ਜਿਸ ਨੂੰ ਜਿੱਥੇ ਮੌਕਾ ਮਿਲਦਾ ਹੈ ਉਹ ਛੱਡਦਾ ਨਹੀਂ। ਪੈਸੇ ਪਿੱਛੇ ਸਭ ਕੁਝ ਭੁੱਲਣ ਵਾਲਿਓ ਥੋੜ੍ਹੀ ਬਹੁਤ ਸ਼ਰਮ ਕਰੋ। ਜਿੰਨਾ ਚਿਰ ਤੁਹਾਡੇ ਵਰਗੇ ਸਿੱਖ ਧਰਮ 'ਤੇ ਸਿੱਖ ਧਰਮ 'ਚ ਜਨਮ ਲੈਣਗੇ ਖਾਲਿਸਤਾਨ ਨਹੀਂ ਬਣਨਾ, ਅਤੇ ਤੁਹਾਡੇ ਵਰਗੇ ਬੇਈਮਾਨਾਂ ਨੇ ਖਾਲਿਸਤਾਨ ਅਤੇ ਹਿੰਦੁਸਤਾਨ ਵਿੱਚ ਕੋਈ ਫਰਕ ਵੀ ਨਹੀਂ ਰਹਿਣ ਦੇਣਾ। ਕਹਿਣ ਲਈ ਤਾਂ ਗੱਲਾਂ ਬਹੁਤ ਹੁੰਦੀਆਂ ਨੇ, ਪਰ ਨਸੀਹਤ ਉਸੇ ਚੀਜ਼ ਦੀ ਕਰੀਦੀ ਹੈ ਜਿਹੜੀ ਆਪ ਕਰੀਏ। ਮੈਂ ਆਪ ਇਮਾਨਦਾਰੀ ਨਾਲ ਜ਼ਿੰਦਗੀ ਗੁਜ਼ਾਰਦਾ ਹਾਂ, ਅਤੇ ਵਾਹਿਗੁਰੂ ਦੀ ਕਿਰਪਾ ਰਹੀ ਤਾਂ ਅੱਗੋਂ ਵੀ ਇਮਾਨਦਾਰੀ ਨਾਲ ਹੀ ਗੁਜ਼ਾਰਾਂਗਾ। ਮੈਨੂੰ ਜਿੰਨੀ ਕੁ ਸਮਝ ਸੀ ਉਸ ਮੁਤਾਬਕ ਲਿਖ ਦਿੱਤਾ, ਕੋਈ ਗਲਤੀ ਹੋਈ ਹੋਵੇ ਤਾਂ ਮਾਫ਼ ਕਰਿਓ। ਤੁਹਾਡੀ ਤੋਂ ਹਮੇਸ਼ਾ ਸਿੱਖਣ ਲਈ ਆਸ ਰੱਖਦਾ ਹਾਂ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ JD ਪੰਨੂ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਉਹਨਾਂ ਦੀ ਇਹ ਈਮੇਲ ਜਿਹੜੀ ਹੈ 28-29 ਅਗਸਤ ਦੀ ਆਈ ਹੋਈ ਹੈ, ਪਰ ਇਨ ਬਿਟਵੀਨ ਹੋਰ ਵੀ ਜਿਹੜੀਆਂ ਈਮੇਲਸ ਜਿਵੇਂ ਅਸੀਂ ਸਿਲਸਿਲੇ ਵਾਈਜ਼ ਕਰਦੇ ਹਾਂ, ਸੋ ਇਹਨਾਂ ਨੂੰ ਕਾਫੀ ਲੇਟ ਅਸੀਂ ਰਿਸਪੋਂਡ ਕਰ ਰਹੇ ਜੀ। ਪਰ ਮੈਂ ਇਹਨਾਂ ਨੂੰ ਇਹ ਯਕੀਨ ਦਿਵਾਉਣਾ ਚਾਹੁੰਦਾ ਕਿ ਵੀ ਅਸੀਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ, ਇਸ ਲਈ ਅਸੀਂ ਤੁਹਾਡੀ ਈਮੇਲ ਨੂੰ ਬਿਲਕੁਲ ਐਡਿਟ ਨਹੀਂ ਕੀਤਾ, ਜਿਵੇਂ ਹੈ ਉਵੇਂ ਹੀ ਅਸੀਂ ਇਹਨੂੰ ਪੜ੍ਹਿਆ। ਔਰ ਜੋ ਤੁਸੀਂ ਕਿਹਾ ਇਸ ਦੇ ਵਿੱਚ ਕਾਫੀ ਵਜ਼ਨ ਹੈ। ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਤੁਸੀਂ ਤਾਰੀਫ਼ ਦੇ ਸ਼ਬਦ ਕਹੇ ਨੇ ਸਾਡੇ ਸਿੱਖ ਧਰਮ ਦੇ ਗਿਆਨ ਬਾਰੇ ਜਾਂ ਸੱਚ ਬੋਲਣ ਬਾਰੇ, ਮੈਂ ਸਮਝਦਾ ਵੀ ਇਹ ਕਿਸੇ ਵੀ ਇਮਾਨਦਾਰ ਇਨਸਾਨ ਦਾ, ਉਹ ਭਾਵੇਂ ਕਿਸੇ ਵੀ ਧਰਮ ਨਾਲ ਉਹਦਾ ਸੰਬੰਧ ਹੋਏ, ਧਰਮ ਦਾ ਆਧਾਰ ਤਾਂ ਸੱਚ ਹੈ। ਜੇ ਜੀਵਨ ਦੇ ਵਿੱਚ ਸੱਚ ਨਹੀਂ ਹੈ, ਔਰ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ। ਸਭ ਤੋਂ ਪਹਿਲੀ ਗੱਲ ਸੱਚ ਹੈ ਜੀਵਨ ਦੇ ਅੰਦਰ, ਸੱਚ ਦਾ ਹੋਣਾ, ਇਮਾਨਦਾਰੀ ਦਾ ਹੋਣਾ, ਔਰ ਇਕੱਲੀ ਸੱਚ ਦੀ ਗੱਲ ਕਰੀ ਜਾਣਾ ਵੀ ਕਾਫੀ ਨਹੀਂ ਹੁੰਦਾ, ਉੱਪਰ ਸੱਚ ਆਚਾਰ, ਟਰੂਥਫੁੱਲ ਲਿਵਿੰਗ, ਅਪਲਾਈ ਟਰੂਥ। ਜੇ ਜੀਵਨ ਦੇ ਵਿੱਚ ਤੁਸੀਂ ਸੱਚ ਨਹੀਂ, ਔਰ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਉਹਨਾਂ ਲੋਕਾਂ ਨੂੰ ਜਿਹੜੇ ਬੜੇ ਅਹਿੰਸਾ ਵਾਲੇ ਨੇ, ਜਿਵੇਂ ਜੈਨ ਬੜੇ ਵੱਡੇ ਸੇਠ ਜਿਹੜੇ ਨੇ ਉੱਥੇ ਮਾਰਵਾੜੀ ਨੇ, ਜਾਂ ਜੈਨੀ ਜਿਹੜੇ ਨੇ ਉਹ ਬਿਲਕੁਲ ਨੱਕ 'ਤੇ ਵੀ ਬੰਨ੍ਹ ਕੇ ਰੱਖਦੇ ਨੇ ਕੱਪੜਾ ਕਿ ਕੋਈ ਅੰਦਰ ਚਲਾ ਨਾ ਜਾਏ ਕੀੜਾ, ਪੈਰਾਂ 'ਚ ਵੀ ਜੁੱਤੀ ਨਹੀਂ ਪਾਉਂਦੇ ਕੋਈ ਥੱਲੇ ਆ ਕੇ ਮਰ ਨਾ ਜਾਏ। ਅਤੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਇੱਕ ਪਾਸੇ ਤਾਂ ਤੁਸੀਂ ਇਸ ਹੱਦ ਤੱਕ ਅਹਿੰਸਕ ਹੋ, ਦੂਸਰੇ ਪਾਸੇ ਜੇ ਹੁਣ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਜੇ ਰੱਤ ਲੱਗਿਆ ਕੱਪੜੇ ਜਾਮਾ ਹੋਏ ਪਲੀਤ, ਜੋ ਰੱਤ ਪੀਵੈ ਮਾਨਸਾ ਤਿੰਨ ਕਿਉਂ ਨਿਰਮਲ ਚੀਤ। ਕਿ ਜੇ ਤੁਹਾਡੇ ਕੱਪੜਿਆਂ ਦੇ ਉੱਤੇ ਖੂਨ ਦਾ ਇੱਕ ਬੂੰਦ ਲੱਗ ਜਾਏ ਤਾਂ ਉਹਨੂੰ ਤੁਸੀਂ ਕਹਿੰਦੇ ਹੋ ਪਲੀਤ ਹੋ ਗਿਆ, ਇਹ ਪਲਿਊਟਿਡ ਹੈ। ਅਤੇ ਜੋ ਰੱਤ ਪੀਵੇ ਮਾਨਸਾ, ਜੋ ਤੁਸੀਂ ਗਰੀਬਾਂ ਦਾ ਖੂਨ ਪੀਂਦੇ ਹੋ, ਇਹ ਕੋਈ ਰੱਤ ਪੀਵੇ ਦਾ ਇਹ ਨਹੀਂ ਹੈ ਵੀ ਕੋਈ ਲਿਟਰਲੀ ਉਹ ਰੱਤ ਪੀਂਦੇ ਨੇ, ਪਰ ਜਿਹੜੀ ਐਕਸਪਲੋਇਟਿਡ ਲੇਬਰ ਹੈ, ਜੋ ਰੱਤ ਪੀਵੈ ਮਾਨਸਾ ਤਿੰਨ ਕਿਉਂ ਨਿਰਮਲ ਚੀਤ, ਤੁਹਾਡੇ ਮਨ ਕਿਵੇਂ ਸਾਫ਼ ਰਹਿ ਸਕਦੇ ਨੇ ਜੇ ਤੁਸੀਂ ਲੁੱਟਦਾ ਔਰ ਗਰੀਬਾਂ ਨੂੰ ਐਕਸਪਲੋਇਟ ਕਰਕੇ ਜਿਹਦਾ ਹੱਕ ਬਣਦਾ ਉਹਨੂੰ ਹੱਕ ਨਹੀਂ ਦਿੰਦੇ। ਔਰ ਇਹ ਗੱਲ ਉਹਨਾਂ ਨੇ ਬਿਲਕੁਲ ਠੀਕ ਕਹੀ ਹੈ ਕਿ ਜੇ ਗੱਲ ਸਿਰਫ ਜਿਹੜੀ ਹੈ ਉਹ ਖਾਲਿਸਤਾਨ ਜਾਂ ਹਿੰਦੁਸਤਾਨ ਜਾਂ ਇਹੋ ਜਿਹੀ ਚੋਰਾਂ ਜਾਂ ਇਸ ਕਿਸਮ ਦੀ ਐਕਸਪਲੋਇਟੇਸ਼ਨ ਵਾਲਾ ਕੋਈ ਨਵਾਂ ਦੇਸ਼ ਵੀ ਬਣਾਉਣਾ ਤਾਂ ਉਹਦਾ ਕੋਈ ਫਾਇਦਾ ਨਹੀਂ ਹੈ। ਅਸੀਂ ਜੇ ਇਹ ਕਹਿਣਾ ਹੋਵੇ ਕਿ ਜੀ ਇੱਕ ਦੇਸ਼ ਦਾ ਮੁਖੀ ਪੱਗ ਵਾਲਾ ਹੋਏ ਤਾਂ ਹੈਗਾ ਪੱਗ ਵਾਲਾ ਮੁਖੀ, ਮਨਮੋਹਨ ਸਿੰਘ ਬਣਿਆ ਹੀ ਹੈ ਪ੍ਰਧਾਨ ਮੰਤਰੀ, ਫੌਜ ਦਾ ਚੀਫ ਵੀ ਪੱਗ ਵਾਲਾ, ਪਰ ਅਸੀਂ ਕਿਉਂ ਆਪਣੇ ਅਲੱਗ ਦੇਸ਼ ਦੇ ਲਈ ਜਾਂ ਇੱਕ ਇਮਾਨਦਾਰ ਸਿਸਟਮ ਦੇ ਲਈ ਸਟ੍ਰਾਈਵ ਕਰ ਰਹੇ ਹਾਂ? ਇਸ ਲਈ ਕਿਉਂਕਿ 66 ਸਾਲ ਦੇ ਵਿੱਚ ਜਿਹੜੀ ਇਸ ਦੇਸ਼ ਦੀ ਫੰਕਸ਼ਨਿੰਗ ਹੈ ਉਹਦੇ ਤੋਂ ਸਾਨੂੰ ਲੱਗਿਆ ਵੀ ਜਸਟਿਸ ਨਹੀਂ ਨਿਕਲਿਆ, ਕੋਮਨ ਬੰਦੇ ਦੇ ਲਈ ਵੀ ਨਹੀਂ ਨਿਕਲਿਆ। ਕੋਈ ਇਹ ਨਹੀਂ ਹੈ ਵੀ ਅਸੀਂ ਇਕੱਲੇ ਸਿੱਖ ਹੱਕਾਂ ਦੀ
ਗੱਲ ਕਰਦੇ ਔਰ ਇਹ ਖਾਲਿਸਤਾਨ ਦੇ ਐਲਾਨਨਾਮੇ ਦੇ ਮੁੱਢਲੇ ਸ਼ਬਦ ਨੇ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ ਜਿੱਥੇ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਅਤੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ 'ਤੇ ਪੂਰਾ ਕੰਟਰੋਲ ਹੋਵੇਗਾ। ਹੁਣ ਇਹ ਜਿਹੜੀ ਦਸਾਂ ਨੋਹਾਂ ਦੀ ਕਿਰਤ ਕਮਾਈ ਦੀ ਗੱਲ ਹੈ, ਅਨਐਕਸਪਲੋਇਟਡ ਲੇਬਰ ਦੀ ਗੱਲ ਹੈ, ਔਰ ਮੈਂ ਇਹ ਅਸ਼ੋਰ ਕਰਨਾ ਚਾਹੁੰਦਾ ਪੰਨੂ ਸਾਹਿਬ ਨੂੰ ਕਿ ਅਸੀਂ ਉਹਨਾਂ ਦੇ ਜਜ਼ਬਾਤਾਂ ਔਰ ਜਿਵੇਂ ਉਹਨਾਂ ਨੇ ਇਸ ਪਾਰਟ ਨੂੰ ਸਾਹਮਣੇ ਲਿਆਂਦਾ, ਅਸੀਂ ਸਮਝਦੇ ਹਾਂ ਵੀ ਜਿਹੜੀਆਂ ਬਿਮਾਰੀਆਂ ਸਾਨੂੰ ਲੱਗੀਆਂ ਹੋਈਆਂ ਨੇ, ਏਲ ਕਰਦੀਆਂ ਨੇ, ਅਸੀਂ ਉਹਨਾਂ ਨੂੰ ਅੰਡਰ ਦਾ ਕਾਰਪੇਟ ਨਹੀਂ ਕਰਨਾ ਚਾਹੁੰਦੇ, ਔਰ ਇਸ ਸਾਰੇ ਪ੍ਰੋਗਰਾਮ ਦਾ ਮਕਸਦ ਹੀ ਫਰੀ ਐਂਡ ਫੇਅਰ ਡਿਸਕਸ਼ਨ ਹੈ। ਔਰ ਅਸੀਂ ਵੱਡਾ ਹਿੱਸਾ ਆਪਣੇ ਦਰਸ਼ਕਾਂ ਦੀਆਂ ਈਮੇਲ ਜਾਂ ਉਹਨਾਂ ਦੇ ਮੈਸੇਜਸ ਨੂੰ ਦਿੰਦੇ ਹਾਂ, ਸੋ ਉਹਨਾਂ ਦੀ ਗੱਲ ਸਿਸਟਮੈਟਿਕਲੀ ਮੈਂ ਉਹਨਾਂ ਦੇ ਬਾਰੇ ਉਹਨਾਂ ਦੀ ਲਿਖਤ ਬਾਰੇ ਕਰਾਂ। ਘੱਟ ਪੈਸਿਆਂ 'ਤੇ ਕੰਮ ਕਰਵਾਉਣਾ, ਇਹਦੇ 'ਚ ਕੋਈ ਸ਼ੱਕ ਨਹੀਂ। ਅਸੀਂ ਇਸੇ ਪ੍ਰੋਗਰਾਮ ਵਿੱਚ ਈਵਨ ਗੁਰਦੁਆਰਿਆਂ ਦੇ ਹਵਾਲੇ ਨਾਲ ਵੀ ਗੱਲ ਕੀਤੀ ਸੀ ਕਿ ਕਿਵੇਂ ਗ੍ਰੀਨ ਕਾਰਡ ਅਪਲਾਈ ਕਰਨ ਦੇ ਨਾਂ ਥੱਲੇ ਗੁਰਦੁਆਰਾ ਸਾਹਿਬਾਨ ਦੀਆਂ ਮੈਨੇਜਮੈਂਟ ਕਮੇਟੀਆਂ ਗ੍ਰੰਥੀ ਰੱਖਦੀਆਂ ਨੇ, ਔਰ ਉਹਨਾਂ ਨੂੰ ਉਨਾ ਵੀ ਉਹ ਨਹੀਂ ਦਿੰਦੀਆਂ ਜਿੰਨਾ ਕਿ ਇੱਥੇ ਮਿਨੀਮਮ ਵੇਜ ਜਿਹੜਾ ਉਹ ਇਸ ਮੁਲਕ ਨੇ ਨਿਰਧਾਰਿਤ ਕੀਤਾ ਹੋਇਆ। ਅਤੇ ਉਹ ਜਦੋਂ ਫਿਰ ਕੋਈ ਘੜੀਸ ਕੇ ਲੈ ਜਾਂਦਾ ਇਹਨਾਂ ਨੂੰ ਇਕੁਅਲ ਇੰਪਲੋਇਮੈਂਟ ਓਪਰਚੁਨਿਟੀ ਦੇ ਵਾਲਿਆਂ ਦੇ ਸਾਹਮਣੇ ਜਾਂ ਦੂਸਰੇ ਸਮਾਲ ਕੋਰਟਸ ਦੇ ਵਿੱਚ, ਫਿਰ ਸਮਝੌਤੇ ਕਰਦੇ ਨੇ ਪਿੱਛੋਂ ਦੀ ਹੋ ਕੇ। ਸੋ ਅਸੀਂ ਸਮਝਦੇ ਹਾਂ ਕਿ ਇਹ ਬਿਲਕੁਲ ਇਸ ਕਿਸਮ ਦੇ ਲੋਕ ਜਿੱਥੇ ਵੀ ਨੇ, ਔਰ ਪਰ ਇਹਦੇ 'ਚ ਇੱਕ ਜਿਹੜਾ ਵੀਕਰ ਪੁਆਇੰਟ ਹੈ ਕਿ ਬਹੁਤ ਸਾਰੇ ਜਿਹੜੇ ਐਕਸਪਲੋਇਟ ਹੁੰਦੇ ਨੇ ਜਾਂ ਜਿਹੜੇ ਐਕਸਪਲੋਇਟ ਕਰਦੇ ਨੇ ਉਹਦੇ 'ਚ ਉਹਨਾਂ ਦੀ ਇੱਕ ਹਿੱਤ ਵੀ ਜੁੜਿਆ ਹੁੰਦਾ। ਹੁਣ ਜਿਹੜੇ ਲੋਕ ਇਨੀਸ਼ੀਅਲੀ ਆਏ ਉਹਨਾਂ ਦੇ ਕੋਲ ਪੇਪਰ ਵਰਕ ਨਹੀਂ ਹੈ, ਕਾਗਜ਼ ਨਹੀਂ ਨੇ, ਜੇ ਉਹਨਾਂ ਨੇ ਅਸਾਈਲਮ ਲਈ ਵੀ ਅਪਲਾਈ ਕੀਤਾ ਜਾਂ ਕਰਨਾ ਹੈ ਤਾਂ ਉਹ ਵੀ ਇੱਕ ਟਾਈਮ ਲੱਗਦਾ ਹੈ, ਉਹਦੇ ਤੱਕ ਜਦੋਂ ਤੱਕ ਇੰਪਲੋਇਮੈਂਟ ਆਥੋਰਾਈਜੇਸ਼ਨ ਆਉਂਦੀ ਹੈ 3-4 ਮਹੀਨੇ ਲੰਘ ਜਾਂਦੇ ਨੇ। ਸੋ ਬਹੁਤ ਵਾਰ ਐਕਸਪਲੋਇਟ ਉਹਨਾਂ ਨੂੰ ਹੀ ਕੀਤਾ ਜਾਂਦਾ ਜਿਹੜੇ ਵਲਨਰੇਬਲ ਨੇ, ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਜਸਟੀਫਾਈਡ ਨੇ ਕਿ ਉਹਨਾਂ ਨੂੰ ਐਕਸਪਲੋਇਟ ਕਰਨ, ਪਰ ਇਹ ਇੱਕ ਹਿਊਮਨ ਵੀਕਨੈਸ ਦਾ ਹਿੱਸਾ ਬਣ ਜਾਂਦਾ ਕਿ ਅਸੀਂ ਜਿਹੜਾ ਵਲਨਰੇਬਲ ਹੈ, ਜਿਹੜਾ ਆਪਣੇ ਜਿਸ ਦੀ ਕੋਈ ਮਜਬੂਰੀ ਹੈ, ਵਲਨਰੇਬਿਲਟੀ ਮਜਬੂਰੀ ਨੂੰ ਵੀ ਕਹਿੰਦੇ ਨੇ, ਉਸ ਦਾ ਅਸੀਂ ਫਾਇਦਾ ਉਠਾਉਂਦੇ। ਪਰ ਜਿਹੜੀ ਕਿ ਇਹਨਾਂ ਨੇ ਬਹੁਤ ਚੰਗੀ ਗੱਲ ਕੀਤੀ ਹੈ, ਔਰ ਇਹ ਜਿਹੜੀ ਘਟਨਾ ਕਰਕੇ ਮੈਨੂੰ ਰੁਕਣਾ ਪਿਆ ਔਰ ਜਿਹਨੇ ਸਾਰੀ ਕਮਿਟੀ ਨੂੰ ਝੰਜੋੜਿਆ, ਜੇ ਇਹਦਾ ਪਿਛੋਕੜ ਵੀ ਦੇਖੀਏ, ਅੱਜ ਉਹਨਾਂ ਨੇ ਬੜਾ ਸੋਹਣਾ ਫਰੇਜ਼ ਕਿਹਾ ਹੈ ਵੀ ਇੱਥੇ ਅਸੀਂ ਪੈਸਾ ਬਣਾਉਂਦੇ ਜਿਸ ਵੀ ਤਰੀਕੇ ਨਾਲ ਬਣਦਾ, ਅਤੇ ਪੰਜਾਬ 'ਚ ਜਾ ਕੇ ਖੇਡ ਮੇਲੇ ਕਰਾ ਦਿੱਤੇ, ਅਖਾੜੇ ਲਵਾ ਦਿੱਤੇ, ਉੱਥੇ ਨਾਮ ਬਣਾਉਣ ਲਈ, ਉੱਥੇ ਦੱਸਣ ਦੇ ਲਈ ਜੀ ਕਿ ਸਾਡਾ ਜਿਹੜਾ ਬਹੁਤ ਉੱਥੇ ਸਾਡਾ ਨਾਂ ਹੈ। ਔਰ ਇਹ ਜਿਹੜੀ ਹਿੰਸਾ ਵੀ ਅੱਜ ਸਾਡੇ ਪੰਜਾਬੀ ਘਰਾਂ ਦੇ ਵਿੱਚ ਜਾਂ ਸਿੱਖਾਂ ਦੇ ਘਰਾਂ 'ਚ ਆਵੜੀ ਹੈ, ਇਹਦਾ ਵੱਡਾ ਕਾਰਨ ਇਹ ਇਸ ਕਿਸਮ ਦਾ ਦਿਖਾਵਾ। ਕੋਈ ਕਬੱਡੀ ਮੈਚ ਐਸਾ ਨਹੀਂ ਹੈ ਅਮਰੀਕਾ ਕੈਨੇਡਾ 'ਚ ਘੱਟੋ ਘੱਟ ਮੈਂ ਕਿਹਾ ਜਿਹੜਾ ਜਿਹਦਾ ਅੰਤ ਲੜਾਈ 'ਚ ਨਾ ਹੋਏ। ਜਿੱਥੇ ਕਬੱਡੀ ਹੋ ਰਹੀ ਹੁੰਦੀ ਹੈ ਸ਼ਾਮ ਨੂੰ, ਉੱਥੇ ਖਾਲੀ ਸ਼ਰਾਬ ਦੀਆਂ ਔਰ ਬੀਰਾਂ ਦੇ ਡੱਬਿਆਂ ਬੋਤਲਾਂ ਦਾ ਢੇਰ ਲੱਗਾ ਹੁੰਦਾ, ਪਹਿਲਾਂ ਉਹਦੇ ਲਈ ਪੈਸੇ ਇਕੱਠੇ ਕਰਨ ਲਈ 2-2, 4-4 ਲੱਖ ਡਾਲਰ ਇਕੱਠੇ ਕਰਨ ਦੇ ਲਈ ਲੱਗੇ ਹੁੰਦੇ ਨੇ ਮੰਗਣ, ਫਿਰ ਜਿਹੜੇ ਪਲੇਅਰ ਖੇਡਣ ਆਉਂਦੇ ਨੇ ਅੱਧਿਓਂ ਜ਼ਿਆਦਾ ਜਿਹੜੇ ਨੇ ਸਟੀਰੋਇਡ 'ਤੇ ਲਾਏ ਹੋਏ ਨੇ, ਡਰੱਗਸ 'ਤੇ ਲਾਏ ਹੋਏ ਨੇ, ਇਹਨੂੰ ਇੱਕ ਪ੍ਰੋਫੈਸ਼ਨਲ ਗੇਮ ਬਣਾ ਕੇ ਉਹਨਾਂ ਦਾ ਬੇੜਾ ਗਰਕ ਕੀਤਾ ਹੋਇਆ, ਕਿਉਂਕਿ ਇੱਥੇ ਕਿਹੜਾ ਕੋਈ ਡੋਪ ਟੈਸਟ ਹੋਣਾ, ਔਰ ਉਸ ਸਾਰੇ ਦਾ ਨਤੀਜਾ ਇਹ ਹੈ ਵੀ ਹੁਣ ਕੰਪੀਟੀਸ਼ਨ ਕਬੱਡੀ ਮੈਚਾਂ 'ਚ ਹੈ, ਜੇ 4 ਪਲੇਅਰ ਚੰਗੇ 1 ਦੀ ਨੇ ਜਿਹੜੇ ਨੇ ਸਪੋਂਸਰ ਕੀਤੇ ਨੇ, ਦੂਜੇ ਗਰੁੱਪ ਦਾ ਜ਼ੋਰ ਹੁੰਦਾ ਕਿ ਉਹਨੂੰ ਮੁਕਰਾਇਆ ਕਿਵੇਂ ਜਾਏ। ਔਰ ਇਹੀ ਲੜਾਈ ਜਿਹੜੀ ਹੈ ਅੱਜ ਇਸ ਕਿਸਮ ਦੀ ਹਿੰਸਾ ਦਾ ਉਸਨੇ ਸ਼ਕਲ ਅਖਤਿਆਰ ਕੀਤੀ ਹੈ। ਸੋ ਇੱਕ ਪਾਸੇ ਅਸੀਂ ਝੂਠ ਜਾਂ ਗਲਤ ਤਰੀਕੇ ਨਾਲ ਪੈਸੇ ਦੀ ਦੌੜ 'ਚ, ਦੂਸਰੇ ਪਾਸੇ ਜੇ ਅਸੀਂ ਸਰਵ ਕਰਨਾ ਪੰਜਾਬ ਨੂੰ, ਪੰਜਾਬ ਦਾ ਜੇ ਹਾਲ ਦੇਖੋ ਕੀ ਹੈ, ਕੈਂਸਰ ਕੈਪੀਟਲ ਬਣੀ ਹੋਈ ਹੈ ਦੁਨੀਆ ਦੀ ਸਾਰੀ, ਮਾਲਵਾ ਬੈਲਟ, ਨੌਜਵਾਨਾਂ 'ਚ ਅਨਇੰਪਲੋਇਮੈਂਟ ਹੈ, ਡਰੱਗਸ ਨੇ ਦੂਸਰਾ ਪਾਰਟ ਹੈ, ਜੇ ਤੁਹਾਨੂੰ ਰੱਬ ਨੇ 4 ਪੈਸੇ ਦਿੱਤੇ ਨੇ ਤਾਂ ਜਾ ਕੇ ਉੱਥੇ ਕੋਈ ਹੈਲਥ ਰਿਲੇਟਡ ਕੰਮ ਕਰੋ, ਐਜੂਕੇਸ਼ਨ ਰਿਲੇਟਡ ਕੰਮ ਕਰੋ, ਕੋਈ ਨੌਜਵਾਨਾਂ ਦੇ ਲਈ ਕੋਈ ਜਿੰਮ ਖੋਲ੍ਹੋ, ਕੋਈ ਸਪੋਰਟਸ ਪਾਰਕ ਬਣਾਓ, ਕੋਈ ਸਪੋਰਟਸ ਨੂੰ ਇਨਕਰੇਜ ਕਰੋ। ਇਹ ਕਿਹੜੀ ਸਪੋਰਟ ਲੱਭੀ ਹੈ ਇਹਨਾਂ ਨੇ ਡਰੱਗ ਖਵਾ ਕੇ ਔਰ ਇੱਥੇ 5-5 ਲੱਖ ਡਾਲਰ ਲਾ ਕੇ ਕਿ ਜੀ ਪੰਜਾਬੀਆਂ ਦੀ ਮਾਂ ਖੇਡ ਅਤੇ ਫਲਾਣਾ ਖੇਡ। ਸੋ ਇਹ ਸਾਰਾ ਪਾਰਟ ਜਿਹੜਾ ਉਹਨਾਂ ਨੇ ਬਿਲਕੁਲ ਇਹ ਕਿਹਾ ਕਿ ਇਹ ਜਿਹੜਾ ਨਾਮ ਕਮਾਉਣ ਦੀ ਭੁੱਖ ਹੈ ਉਹਦੇ ਥੱਲੇ ਇਸ ਕਿਸਮ ਦਾ, ਫਿਰ ਕਬੱਡੀਆਂ ਟੀਮਾਂ ਦੇ ਨਾਂ ਥੱਲੇ ਕਬੂਤਰਬਾਜ਼ੀ ਹੈ, ਉੱਥੋਂ ਇਲੀਗਲ ਬੰਦਿਆਂ ਨੂੰ ਲਿਆਉਣਾ। ਔਰ ਅਖੀਰ ਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਬਿਲਕੁਲ ਠੀਕ ਕਹੀ ਹੈ ਕਿ ਅਸੀਂ ਅਕਾਲੀਆਂ ਨੂੰ ਮਾੜੇ ਕਹਿੰਦੇ ਹਾਂ, ਔਰ ਰਾਈਟਲੀ ਸੋ, ਇਹ ਨਹੀਂ ਹੈ ਵੀ ਉਹ ਕੋਈ ਚੰਗੇ ਨੇ, ਬਹੁਤ ਬਾਦਲ ਹੋਏ ਦੂਜੀ ਨਸਲ। ਉਹਨੇ ਕਿਹਾ ਵੀ ਗੱਲ ਤਾਂ ਜੇ ਬਰਾੜ ਹੈ, KP ਗਿੱਲ ਹੈ, ਬਾਦਲ ਹੈ ਦੂਜੇ, ਫਿਰ ਇਹਨਾਂ 'ਚ ਤਾਂ ਸਾਡੇ 'ਚ ਫਰਕ ਕੀ ਹੋਇਆ
ਜੇ ਸਾਡੀ ਕਿਰਤ ਇਮਾਨਦਾਰ ਨਹੀਂ ਹੈ ਜੀ, ਅਸੀਂ ਕੌਮੀ ਭਲਾਈ ਦੀ ਥਾਂ 'ਤੇ ਸਿਰਫ ਨਾਮ ਕਮਾਉਣ ਦੀ ਭੁੱਖ ਦੇ ਥੱਲੇ ਕੁਛ ਵੀ ਕਰਨ ਨੂੰ ਤਿਆਰ ਹੈ, ਔਰ ਇਸ ਸਾਰੇ ਦੇ ਵਿੱਚ ਜੇ ਭਵਿੱਖ ਦਾ ਅਸੀਂ ਨੇਸ਼ਨ ਵੀ ਬਣਾਉਣਾ ਅਤੇ ਇਹੋ ਜਿਹੇ ਲੋਕਾਂ ਨੂੰ ਨੇ ਉੱਥੇ ਜਾ ਕੇ ਵਸਣਾ ਹੈ ਜਾਂ ਇਹਨਾਂ ਲੋਕਾਂ ਨੇ ਲੀਡ ਕਰਨਾ, ਫਿਰ ਇਹੋ ਜਿਹੇ ਦੇਸ਼ ਦਾ ਵੀ ਕੀ ਫਾਇਦਾ? ਔਰ ਮੈਂ ਬਿਲਕੁਲ ਇਹਨਾਂ ਦੇ ਨਾਲ ਸਹਿਮਤ ਹੈ, ਔਰ ਮੈਂ ਸਗੋਂ ਆਸ ਕਰਾਂਗਾ ਕਿ ਜਿਵੇਂ ਉਹਨਾਂ ਨੇ ਬੜੇ ਹੌਸਲੇ ਦੇ ਨਾਲ ਜਿਹੜੀ ਰੀਅਲ ਇੱਕ ਪ੍ਰੋਬਲਮ ਹੈ ਉਹਦੇ ਵੱਲ ਇਸ਼ਾਰਾ ਕੀਤਾ, ਇਹ ਸਾਨੂੰ ਲਿਖਦੇ ਰਹਿਣ, ਔਰ ਹੋਰ ਵੀ ਜਿਹੜੇ ਅਹਿਮ ਮੁੱਦੇ ਨੇ ਉਹਨਾਂ ਦੇ ਉੱਤੇ ਸਾਡੇ ਦਰਸ਼ਕਾਂ ਦਾ ਧਿਆਨ ਦਿਵਾਉਣ। ਬਹੁਤ ਬਹੁਤ ਧੰਨਵਾਦ ਤੁਹਾਨੂੰ ਸਭ ਦਾ ਜੀ। ਡਾਕਟਰ ਸਾਹਿਬ, ਹੁਣ ਵੇਲਾ ਬ੍ਰੇਕ ਦਾ, ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।